ਜ਼ਮੀਨੀ ਝਗੜੇ ਨੂੰ ਲੈ ਕੇ ਇੱਕ ਕਿਸਾਨ ਦੁਖੀ ਹੋ ਕੇ ਪਰੇਸ਼ਾਨ ਹੋ ਕੇ 300 ਫੁੱਟ ਉੱਚੇ ਟਾਵਰ ਦੇ ਉੱਤੇ ਚੜ੍ਹ ਗਿਆ ਤੇ ਚੜ੍ਹਨ ਤੋਂ ਬਾਅਦ ਉਸਦੇ ਵੱਲੋਂ ਜੀਵਨ ਲੀਲਾ ਸਮਾਪਤ ਕਰਨ ਤੱਕ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਦੇ ਵੱਲੋਂ ਉਸਨੂੰ ਸਹੀ ਸਮਾਂ ਰਹਿੰਦਿਆਂ ਸਮਝਾ ਲਿਆ ਗਿਆ ਤੇ ਇਸ ਉੱਚੇ ਟਾਵਰ ਦੇ ਉੱਤੋਂ ਉਤਾਰ ਲਿਆ ਗਿਆ। ਜਿਵੇਂ ਦੱਸੀਏ ਜ਼ਮੀਨੀ ਝਗੜੇ ਦੇ ਕਾਰਨ ਲੰਬੇ ਸਮੇਂ ਤੋਂ ਇੱਕ ਕਿਸਾਨ ਪਰੇਸ਼ਾਨ ਸੀ। ਮਾਮਲਾ ਬਰਨਾਲੇ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਬਰਨਾਲੇ ਦੇ ਪਿੰਡ ਰਾਇਸਰ ਦਾ ਕਿਸਾਨ ਵਜੀਰ ਸਿੰਘ ਬੀਤੀ ਰਾਤ ਆਪਣੇ ਪਿੰਡ ਦੇ 350 ਫੁੱਟ ਉੱਚੇ ਟਾਵਰ ਦੇ ਉੱਤੇ ਚੜ੍ਹ ਗਿਆ। ਜ਼ਮੀਨੀ ਝਗੜੇ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਿਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਪਿੰਡ ਵਾਸੀਆਂ ਨੇ ਕਾਫੀ ਸਮਝਾਇਆ। ਮੁਸ਼ਕਤ ਤੋਂ ਬਾਅਦ ਹੇਠਾਂ ਜੋ ਟਾਵਰ ਤੋਂ ਉਤਾਰਿਆ ਤੇ ਇਸ ਤੋਂ ਬਾਅਦ ਕਿਸਾਨ ਨੇ ਦੱਸਿਆ ਕਿ ਉਸਦੀ ਸਹੁਰਿਆਂ ਵਾਲੀ ਜ਼ਮੀਨ ਨੂੰ ਲੈ ਕੇ ਕਾਫੀ ਜ਼ਿਆਦਾ ਝਗੜਾ ਦੂਸਰੀ ਧਿਰ ਦੇ ਨਾਲ ਚੱਲ ਰਿਹਾ ਜਿਨ੍ਹਾਂ ਨੂੰ ਉਹਨਾਂ ਨੇ ਜ਼ਮੀਨ ਠੇਕੇ ਦੇ ਉੱਤੇ ਦਿੱਤੀ ਸੀ ਜਿਸ ਕਾਰਨ ਕੁਝ ਲੋਕ ਉਸਦੀ ਇਸ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਜਿਸ ਕਰਕੇ ਇਹ ਕਿਸਾਨ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਚੱਲ ਰਿਹਾ ਸੀ। ਉੱਧਰ ਇਸ ਬਾਬਤ ਪੁਲਿਸ ਨੂੰ ਵੀ ਇਤਲਾਹ ਦਿੱਤੀ ਗਈ ਹੈ। ਇਹਦਾ ਮਾਮਲਾ ਇਹ ਹੈ ਜੀ, ਇਹਨੂੰ ਸਹੁਰਿਆਂ ਤੋਂ ਜ਼ਮੀਨ ਆਉਂਦੀ ਸੀਗੀ ਜਿਹੜੀ, ਉਹ ਮਤਲਬ ਜਿਹਨੂੰ ਠੇਕੇ 'ਤੇ ਦਿੰਦੇ ਸੀ ਉਹਨਾਂ ਨੇ ਮਤਲਬ ਠੇਕੇ ਵਾਲੇ ਨੇ ਇਹਨਾਂ ਦੀ ਜ਼ਮੀਨ ਦੱਬ ਲਈ ਸੀਗੀ। ਉਸ ਕਰਕੇ ਫਿਰ ਇਹ ਮਤਲਬ ਫਿਰ ਕਈ ਜਗ੍ਹਾ ਦਰਖਾਸਤਾਂ ਵੀ ਦਿੱਤੀਆਂ ਨੇ ਅਤੇ ਕੋਈ ਸੁਣਵਾਈ ਨਹੀਂ ਹੋਈ। ਕੋਈ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਵਿਰ ਕੀਤਾ ਅਤੇ ਉਸ ਤੋਂ ਬਾਅਦ ਫਿਰ ਇਹ ਰਾਤ ਟਾਵਰ 'ਤੇ ਚੜ੍ਹ ਗਿਆ। ਫਿਰ ਤੜਕੇ ਸਾਨੂੰ ਫੋਨ ਗਿਆ ਵੀ ਉਹ ਤਾਂ ਮਤਲਬ ਐਂ ਕਰਕੇ ਟਾਵਰ 'ਤੇ ਚੜ੍ਹ ਗਿਆ ਵੀ ਛਾਲ ਮਾਰੂਗਾ ਜੇ ਨਾ ਹੋਵੇ। ਫਿਰ ਅਸੀਂ ਰਾਏਕੋਟ ਤੋਂ ਆਏ, ਮੈਂ ਇਹਨਾਂ ਦਾ ਫੁੱਫੜ ਲਾਉਣਾ ਜੀ। ਅੱਛਾ, ਹੁਣ ਤਾਰਿਆ ਤੁਸੀਂ? ਹਾਂਜੀ ਹਾਂਜੀ, ਹੁਣ ਮਤਲਬ ਪੁਲਿਸ ਨੇ ਵੀ ਪ੍ਰਸ਼ਾਸਨ ਦਿੱਤਾ ਮਹਿਲ ਕਲਾਂ ਤੋਂ ਵੀ ਅਸੀਂ ਤੁਹਾਨੂੰ ਇਨਸਾਫ ਦਵਾਵਾਂਗੇ। ਫਿਰ ਇਹ ਮਤਲਬ ਉਤਰਿਆ ਇਹ ਮਾਮਲਾ। ਸਾਡੀ ਜ਼ਮੀਨ ਸੀਗੀ ਜੀ ਸਹੁਰਿਆਂ ਤੋਂ ਆਉਂਦੀ, ਸਾਡੇ ਸਹੁਰੇ ਨੂੰ ਸਹੁਰਾ ਸੀ, ਸਾਡੇ ਦੀ ਡੈਥ ਹੋ ਗਈ। ਸਾਡੇ ਘਰ ਵਾਲੀਆਂ ਚਾਰ ਭੈਣਾਂ ਸੀ, ਇਹਨਾਂ ਦੇ ਨੌ ਜ਼ਮੀਨ ਚੜ੍ਹ ਗਈ ਸੀਗੀ ਜੀ। ਦੋ ਭੈਣਾਂ ਨੇ ਅਲੱਗ ਵੇਚਤੀ। ਇਹ ਜਿਹੜੀ ਵੀਰ ਦੇ ਘਰ ਭੈਣਾਂ ਸਿਮਰਜੀਤ ਕੌਰ, ਉਹਨੇ ਕਰਮਜੀਤ ਕੌਰ ਨੂੰ ਬੈਕ ਕਰਤੀ ਜੀ, 5 ਕਨਾਲਾਂ 14 ਮਰਲੇ ਸਾਨੂੰ ਰਜਿਸਟਰੀ ਕਰਵਾਤੀ। ਬਾਕੀ ਸਾਡੀ ਮਾਲਕੀ ਸੀ ਜਿਹੜੀ ਮਾਲਕੀ ਪਟਵਾਰੀ ਨੇ ਕੱਢ ਕੇ ਦਿੱਤੀ ਜੀ, 11 ਕਨਾਲਾਂ 12 ਮਰਲੇ ਜ਼ਮੀਨਾਂ ਜੀ ਟੋਟਲ। ਇਹ ਰਿਕਾਰਡ ਦੇ ਵਿੱਚ ਔਨਲਾਈਨ ਬੋਲਦੀ ਹੈ ਜੀ, ਰਜਿਸਟਰੀ ਸਾਡੇ ਕੋਲ ਆ ਜੀ, ਇੰਤਕਾਲ ਦਰਜ ਆ ਜੀ। ਹੁਣ ਦੋਸ਼ੀ ਧਿਰ ਸਾਡੇ ਨਾਲ ਧੱਕਾ ਕਰਦੀ ਹੈ ਜੀ, ਉਹ ਸਾਡੇ ਜ਼ਮੀਨ 'ਤੇ ਕਾਬਜ਼ ਹੋਣ ਦੀ ਖਾਤਰ ਸਾਡੀ ਪੱਕੀ ਵੱਟ ਘਾਹ ਵਾਲੀ ਢਾਹਤੀ ਜੀ, ਉਹਨਾਂ ਨੇ ਨਜਾਇਜ਼ ਕਬਜ਼ਾ ਕਰ ਰਹੀ ਹੈ ਜੀ ਸਾਰੀ ਜ਼ਮੀਨ 'ਤੇ। ਉਸ ਨੂੰ ਵਿਵਾਦ ਨੂੰ ਲੈ ਕੇ ਜੀ ਅਸੀਂ, ਜਦੋਂ ਸਾਡੀ ਪੁਲਿਸ ਪ੍ਰਸ਼ਾਸਨ ਨੇ ਵੀ ਕੋਈ ਗੱਲ ਨਾ ਸੁਣੀ, ਅਸੀਂ ਕਈ ਦਰਖਾਸਤਾਂ ਕਰਮਜੀਤ ਕੌਰ ਦੇ ਵੱਲੋਂ ਦਿੱਤੀਆਂ ਗਈਆਂ ਨੇ, ਟੱਲਿਆ ਥਾਣੇ ਦੇ ਵਿੱਚ ਸਾਡੀ ਕੋਈ ਗੱਲਬਾਤ ਨਹੀਂ ਜੀ ਸੁਣੀ। 7-8 ਮਹੀਨਿਆਂ ਦਾ ਇਹ ਰੌਲਾ ਚੱਲੀ ਜਾਂਦਾ ਜੀ। ਹੁਣ ਜਾ ਕੇ ਜੀ ਉਹਨਾਂ ਨੇ ਸਾਡੀ ਜ਼ਮੀਨ ਦੇ ਵਿੱਚ ਧੱਕੇ ਨਾਲ ਜੀਰੀ ਬੀਜਣ ਦੀ ਕੋਸ਼ਿਸ਼ ਕਰੀ, ਜਿਹਦੇ ਵਿੱਚ ਅਸੀਂ ਜਾ ਕੇ ਆਪਦੀ ਜ਼ਮੀਨ ਦਾ ਕਬਜ਼ਾ ਵੀ ਨਹੀਂ ਉਹਨਾਂ ਨੂੰ ਅਸੀਂ ਹੋਣ ਦਿੱਤਾ। ਹਜੇ ਜ਼ਮੀਨ ਉਵੇਂ ਪਈ ਆ ਜੀ, ਉਹ ਅਸੀਂ ਰੋਜ਼ ਦੀ ਸਾਡੀ ਮੂਵੀ ਬਣਾ ਕੇ ਵੀ ਅਸੀਂ ਦਿਖਾਉਂਦੇ ਰਹੇ ਵੀ ਆਹ ਜ਼ਮੀਨ 'ਤੇ ਸਾਡੀ 'ਤੇ ਧੱਕੇ ਨਾਲ ਕਬਜ਼ਾ ਹੁੰਦੇ ਆ ਜੀ। ਪੁਲਿਸ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਂਦੇ ਰਹੇ ਪਰ ਪ੍ਰਸ਼ਾਸਨ ਨੇ ਉਹਦੇ 'ਤੇ ਕੋਈ ਕਾਰਵਾਈ ਨਹੀਂ ਜੀ ਕਰੀ। ਅੱਜ ਅਸੀਂ ਫਿਰ ਰੱਖ ਗਏ ਜੀ, ਜਦੋਂ ਸਾਡੀ ਕੋਈ ਬਾਹ ਨਾ ਚੱਲੀ ਫਿਰ ਅਸੀਂ ਰਾਤ 2 ਵਜੇ ਟਾਵਰ 'ਤੇ ਚੜ੍ਹੇ ਹਾਂ ਜੀ। ਭੁੱਖੇ ਪਿਆਸੇ ਜੀ ਟਾਵਰ 'ਤੇ ਚੜ੍ਹੇ ਹਾਂ ਜੀ, ਕਿਹਦਾ ਜੀ ਕਰਦਾ ਇਹੋ ਜਿਹੇ ਕੰਮ ਕਰਨ ਨੂੰ। ਸਾਡੇ 'ਤੇ ਪਰਚੇ ਕੀਤੇ ਜੀ, 3-4 ਧਾਰਾਂ ਸਾਡੇ 'ਤੇ ਲਾਈਆਂ ਜੀ, ਕਈ ਧਾਰਵਾਂ ਲਾਤੀਆਂ ਸਾਡੇ 'ਤੇ ਹੋਈ ਧਰਾਵਾਂ ਲਾ ਕੇ ਸਾਨੂੰ ਕਹਿੰਦੇ ਵੀ ਤੁਸੀਂ ਜ਼ਮਾਨਤ ਕਰਾਓ। ਜਦੋਂ ਅਸੀਂ ਜ਼ਮਾਨਤੀਆਂ ਤਿਆਰ ਕਰਦੇ ਹਾਂ ਜੀ, ਫਿਰ ਸਾਨੂੰ ਜਵਾਬ ਦਿੰਦਾ ਵੀ ਹਜੇ ਨਾ ਆਇਓ, ਵੀ ਹਜੇ ਠਹਿਰ ਕੇ ਆਇਓ। ਕਦੇ ਕਹਿੰਦੇ ਜ਼ਮਾਨਤ ਕਰਾ ਲਓ, ਕਦੇ ਕਹਿੰਦੇ ਰਹਿਣ ਦਿਓ ਵੀ ਸਾਡੇ ਐਂ ਵੀ ਮੂਹਰੇ, ਫਿਰ ਬੰਦੇ ਵੀ ਖੱਜਲ ਖਰਾਬ ਹੋ ਜਾਂਦੇ ਜੀ, ਜਿਹੜੇ ਜ਼ਮਾਨਤੀ ਹੁੰਦੇ ਆ ਮੌਕੇ 'ਤੇ ਕਿਹੜਾ ਮਿਲਦੇ ਆ। ਫਿਰ ਆਏ ਅਸੀਂ ਅੱਕ ਕੇ ਜੀ, ਜਦੋਂ ਵੀ ਨਾ ਤਾਂ ਜ਼ਮਾਨਤੀ ਕਰਾਉਂਦੇ ਆ ਨਾ ਸਾਨੂੰ ਕਿਸੇ ਲੋੜ ਖੜੇ ਹੀ ਛੱਡਦੇ ਆ, ਅਸੀਂ ਤਾਂ ਅੱਕ ਕੇ ਚੜ੍ਹੇ ਹਾਂ ਜੀ ਟਾਵਰ 'ਤੇ। ਮੰਗ ਕੀ ਕਰਦੇ?
ਮੰਗ ਇਹ ਕਰਦੇ ਜੀ ਵੀ ਸਾਡੀ ਜਿਹੜੀ ਜ਼ਮੀਨ ਮਾਲਕੀ ਬਣਦੀ ਆ ਉਹ ਸਾਡਾ ਹੱਕ ਸਾਨੂੰ ਦਿਵਾਇਆ ਜਾਵੇ ਜੀ। ਜੇ ਪਟਵਾਰੀ ਦੀ ਜ਼ਿੰਮੇਵਾਰੀ ਆ ਉਹ ਕੱਢ ਕੇ ਕਿਉਂ ਨਹੀਂ ਉਹਨੂੰ ਦਰੁਸਤ ਕਰਕੇ ਸਾਡੀ ਮਾਲਕੀ ਇੱਕ ਪਾਸੇ ਕੱਢ ਕੇ ਦਿੰਦਾ ਵੀ ਇੰਨੀ ਮਾਲਕੀ ਆ ਭਾਈ ਇਹਦੇ 'ਤੇ ਤੁਹਾਡਾ ਹੱਕ ਨਹੀਂ ਹੈਗਾ। ਜੇ ਤੁਹਾਨੂੰ ਕੁਛ ਹੋ ਜਾਂਦਾ ਕੌਣ ਜ਼ਿੰਮੇਵਾਰ ਹੁੰਦਾ? ਇਹਦਾ ਪ੍ਰਸ਼ਾਸਨ ਜ਼ਿੰਮੇਵਾਰ ਸੀਗਾ ਜੀ, ਜਾਂ ਉਹ ਮਾਲਕ ਨੇ ਜਿਹੜੇ ਨਜਾਇਜ਼ ਕਬਜ਼ਾ ਕਰਨੀ ਜ਼ਮੀਨ 'ਤੇ। ਕਿੰਨੇ ਬੱਚੇ ਆ ਤੁਹਾਡੇ? ਸਾਡੇ 2 ਬੱਚੇ ਆ ਜੀ, ਇੱਕ ਬੇਟੀ ਇੱਕ ਬੇਟਾ ਜੀ। ਕਿੰਨੇ ਫੁੱਟ ਟਾਵਰ ਉੱਚਾਈ 'ਤੇ ਹੈਗਾ? ਇਹ 350 ਫੁੱਟ ਉੱਚਾ ਜੀ, ਅਸੀਂ 325 ਫੁੱਟ 'ਤੇ ਚਲੇ ਗਏ ਸੀਗੇ। ਮੈਂ ਬੇਨਤੀ ਕਰਦਾ ਜੀ ਪ੍ਰਸ਼ਾਸਨ ਨੂੰ, ਪੁਲਿਸ ਮੁਲਾਜ਼ਮਾਂ ਨੂੰ ਵੀ, ਸਾਰਿਆਂ ਨੂੰ ਵੀ ਰਾਤ ਦਾ ਇਹ ਚੜਿਆ ਜ਼ਮੀਨ ਦਾ ਛੱਡੀ ਦਾ ਰੌਲਾ ਹੈਗਾ, ਅਤੇ ਵੀ ਲਿਓ ਮੇਰੀ ਭਾਈ ਬੀ ਨੂੰ ਜ਼ਮੀਨ ਆਉਂਦੀ ਹੈ ਹਿੱਸੇ ਬਹਿੰਦੀ, ਅਸੀਂ ਆਪਦਾ ਹਿੱਸਾ ਵੇਚ ਚੁੱਕੇ ਹਾਂ, ਅਤੇ ਇਹਦਾ ਜਿਹੜਾ ਜ਼ਮੀਨ ਦਾ ਰੌਲਾ ਇਹਨੂੰ ਹੱਕ ਇਹਦਾ ਮਿਲਣਾ ਚਾਹੀਦਾ। ਇਹ ਰਾਤ ਦਾ ਹੀ ਚੜਿਆ ਵਾ ਜੀ, ਬਹੁਤ ਇਹਦੀ ਹਾਲਤ ਬਹੁਤ ਮਾੜੀ ਸੀ, ਦੇਖਿਆ ਨਹੀਂ ਗਿਆ। ਤੁਸੀਂ ਤਾਰਿਆ ਰਿਸ਼ਤੇਦਾਰਾਂ ਨੇ? ਨਹੀਂ ਜੀ, ਮੁਲਾਜ਼ਮ ਵੀ ਆਏ ਆ, ਪੁਲਿਸ ਮੁਲਾਜ਼ਮ ਵੀ ਆਏ ਆ, ਪਿੰਡ ਦਾ ਬਹੁਤ ਇਕੱਠ ਸੀਗਾ ਜੀ, ਪਿੰਡ ਤੋਂ ਆਏ ਆ ਸਾਰੇ ਬੰਦੇ, ਦੂਰੋਂ ਰਿਸ਼ਤੇਦਾਰ ਵੀ ਆਏ ਨੇ ਸਾਡੇ। ਚੱਲ ਗਈ ਮੰਗ, ਅਸੀਂ ਤਾਂ ਇਹੀ ਕਰਦੇ ਹਾਂ ਵੀ ਸਾਡਾ ਸਾਨੂੰ ਹੱਕ ਮਿਲਣਾ ਚਾਹੀਦਾ। ਮੌਕੇ ਦੇ ਉੱਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੀ ਬਣਦੀ ਸਜ਼ਾ ਦਿੱਤੀ ਜਾਵੇਗੀ। ਨਾ ਸਾਡੇ ਰਾਏਸਰ ਪਿੰਡ ਪਟਿਆਲਾ ਪੈਂਦਾ, ਉੱਥੋਂ ਸਵੇਰੇ ਫੋਨ ਆਇਆ ਸੀ ਵੀ ਅੰਗਰੇਜ਼ ਸਿੰਘ ਦਾ ਨਾਂ ਦਾ ਵਿਅਕਤੀ ਟਾਵਰ ਦੇ ਉੱਪਰ ਚੜਿਆ ਹੋਇਆ। ਜਾ ਕੇ ਉੱਥੇ ਪਿੰਡ ਪਹੁੰਚ ਕੇ ਉਹਨਾਂ ਗੱਲਬਾਤ ਕੀਤੀ, ਉਹਨੂੰ ਪੁੱਛਿਆ ਕੀ ਪ੍ਰੋਬਲਮ ਹੈ। ਬਸ ਉਹ ਨਾ ਇੱਥੇ ਟੱਲੇਵਾਲ ਥਾਣੇ 'ਚ ਪਿੰਡ ਪੈਂਦਾ ਬੀਲਾ ਖੁਰਦ, ਉੱਥੇ ਵਿਆਹਿਆ ਹੋਇਆ, ਉੱਥੋਂ ਨੂੰ ਜ਼ਮੀਨ ਆਉਂਦੀ ਹੈ ਕਹਿੰਦਾ ਮੈਨੂੰ, ਮੇਰੀ ਵਾਈਫ ਨੂੰ, ਉੱਥੇ ਉਹਨਾਂ ਦਾ ਉਹ ਆਪਸ ਵਿੱਚ ਪਿੰਡ ਡਿਸਪਿਊਟ ਆ ਜ਼ਮੀਨ ਦਾ। ਇਹ ਕਹਿੰਦਾ ਮੇਰੀ 11 ਕਨਾਲਾਂ ਜ਼ਮੀਨ ਉੱਥੇ ਬਣਦੀ ਹੈ। ਕੁਛ ਕੁ ਦਿਨ ਪਹਿਲਾਂ ਇਕੱਠ ਵੀ ਉੱਥੇ ਹੋਇਆ ਸੀਗਾ, ਉੱਥੇ ਇਹਨਾਂ ਦੀ ਕੋਈ ਕੰਪਰੋਮਾਈਜ਼ ਦੀ ਗੱਲ ਸਿਰੇ ਨਹੀਂ ਲੱਗੀ। ਅਤੇ ਉਸ ਤੋਂ ਬਾਅਦ ਦੂਸਰੀ ਪਾਰਟੀ ਨੇ ਉੱਥੇ ਝੋਨਾ ਬੀਜਤਾ ਸੀਗਾ, ਕਿਉਂਕਿ ਉਹ ਪਹਿਲਾਂ ਵੀ ਉਹੀ ਬੀਜਦੇ ਸੀ। ਅਤੇ ਇਹ ਜਾ ਕੇ ਕਿਤੇ ਰਾਤ ਨੂੰ ਉੱਥੇ 1.5 ਕਿੱਲੇ 'ਚ ਸਪਰੇਅ ਕਰਿਆ ਜ਼ਹਿਰੀਲੀ ਦਵਾਈ ਦੀ, ਉਹ ਝੋਨਾ ਖਰਾਬ ਹੋ ਗਿਆ। ਉਹਨਾਂ ਨੇ ਕੰਪਲੇਂਟ ਕਰਤੀ ਟੱਲੇਵਾਲ ਥਾਣੇ, ਇਹਦੇ ਖਿਲਾਫ਼ ਮੁਕੱਦਮਾ ਦਰਜ ਹੋ ਗਿਆ ਉੱਥੇ, ਉਸ ਕਰਕੇ ਟਾਵਰ 'ਤੇ ਚੜਿਆ ਸੀ ਇਹ। ਨਾ ਹਾਂ ਉੱਪਰ ਚੜਿਆ ਸੀ ਅਤੇ ਫੋਨ 'ਤੇ ਗੱਲ ਕੀਤੀ ਨਾ ਮੈਂ ਕੀ ਪ੍ਰੋਬਲਮ ਹੈ ਤੈਨੂੰ, ਇਹ ਕਹਿੰਦਾ ਜੀ ਮੇਰੇ 'ਤੇ ਝੂਠਾ ਮੁਕੱਦਮਾ ਦਰਜ ਹੋ ਗਿਆ। ਫਿਰ ਇਹਨੂੰ ਵਿਸ਼ਵਾਸ ਦਵਾਇਆ ਕੋਈ ਨਹੀਂ, ਅਸੀਂ ਉਹਦੀ ਦੁਬਾਰਾ ਇਨਕੁਆਇਰੀ ਕਰ ਲੈਂਦੇ ਹਾਂ, ਜੇ ਝੂਠਾ ਉਹ ਕੈਂਸਲ ਕਰ ਦਿਆਂਗੇ, ਬਸ ਮੇਰੇ ਵਿਸ਼ਵਾਸ 'ਤੇ ਥੱਲੇ ਉਤਰਿਆ। ਨਹੀਂ ਹਲੇ ਹੁਣ ਦੋਨਾਂ ਪਾਰਟੀਆਂ ਨੂੰ ਇਕੱਠੇ ਕਰਾਂਗੇ, ਟੱਲੇਵਾਲ ਥਾਣੇ ਕਰ ਲਾਂਗੇ ਇਕੱਠੇ, ਮਤਲਬ ਇਹਨਾਂ ਦਾ ਕੰਪਰੋਮਾਈਜ਼ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਜੋ ਫੈਮਿਲੀ ਪ੍ਰੋਬਲਮ ਹੈ।